इंस्पायर पंजाब टीवी ते तुहाडा सब दा स्वागत है। पिछले दिन ही नानकसर तो एक वीडियो वायरल होई जिदे विच बाबा जसी नां दा जो कि बाबा लखा सिंह नानकसर कलेरां वालियां दे साथी ने इन्हां दे नाल कीर्तन करदे ने, इन्हां दी एक वीडियो वायरल होई जिदे विच ओह एक बच्चे दे नाल कुकर्म कर रहे सन ते बाद विच सोशल मीडिया ते बहुत सारे प्रचारकां वल्लों विद्वानां वल्लों इन्हां दा विरोध कीता गया ते हुण पुलिस वल्लों इन्हां ते बनदी कार्रवाई की गई है। पुलिस वल्लों इन्हां नूं गिरफ़्तार कर लिया गया, जिस तों बाद कुछ निहंग सिंह जथेबंदियां वल्लों भी ऐलान किए गए ने, जिदे विच मान सिंह अकाली ने ठोकमा जवाब दिता इन्हां नूं ते उन्हां ने कहा कि सिर्फ पुलिस की कार्रवाई नाल इत्थे ही गल खत्म नहीं हुंदी, होर भी जिन्ने भोरियां दे विच होर भी किन्ने बाबे बड़े बैठे ने उन्हां नूं भी बिल्लां विचों कढ़णा पएगा ते पंथ नूं जागना पएगा। तां आओ वीडियो दे विच सुणदे आं किवें मान सिंह अकाली ने इन्हां पखंडी बाबियां नूं ठोकमा जवाब दिता। वेखो पंथ बुढ़ा दल समय समय दे उत्ते सजावां दिंदा रहा, जदों पंथ बुढ़े दल दे कोल वागडोरी ही पंथ बुढ़ा दल जाके गुरमता करके बनदी कार्रवाई करदा है ते जदों दी ਇਹ ਵਾਗਡੋਰ ਸਰਕਾਰ ਦੇ ਹੱਥ ਦਿੱਤੀ ਦੇ ਦਿੱਤੀ ਆ, ਤੁਸੀਂ ਇੱਕ ਅਲਦਾ ਅੰਦਾਜ਼ਾ ਲਾ ਕੇ ਵੇਖ ਲਿਓ। ਪੁਲਿਸ ਨੇ ਬੰਦਾ ਚੁੱਕ ਲਿਆ, ਬੰਦਾ ਹੋ ਗਿਆ ਸੇਫ, ਉਹ 2 ਸਾਲਾਂ ਨੂੰ 4 ਸਾਲਾਂ ਨੂੰ 5 ਸਾਲਾਂ ਨੂੰ 10 ਸਾਲਾਂ ਨੂੰ ਉਹਨੇ ਬਾਹਰ ਆ ਜਾਣਾ। ਬਾਕੀ ਜਿਹੜੇ ਸੱਪ ਬੈਠੇ ਖੋਡਾਂ ਦੇ ਵਿੱਚ ਉਹਨਾਂ ਨੇ ਕਹਿਣਾ ਕੋਈ ਗੱਲ ਨਹੀਂ, ਆਪਣਾ ਕੰਮ ਕਰੋ, ਜਦੋਂ ਫੜੇ ਗਏ ਉਦੋਂ ਪੁਲਿਸ ਨੇ ਆਪੇ ਲੈ ਜਾਣਾ ਸਾਨੂੰ ਅੰਦਰ ਸੇਫ ਕਰਕੇ। ਤੇ ਜੇ ਪੁਲਿਸ ਦੇ ਅੰਦਰ ਵੀ ਕੋਈ ਚੰਗਾ ਅਫਸਰ ਹੋਇਆ, ਗੈਰਤਮੰਦ ਹੋਇਆ, ਜਿਹਦੇ ਅੰਦਰ ਅਣਖ ਹੋਈ, ਜਿਹਨੂੰ ਲੱਗਾ ਵੀ ਸਾਡੇ ਵੀ ਘਰਾਂ 'ਚ ਬੱਚੇ ਹੈਗੇ, ਸਾਡੀ ਵੀ ਔਲਾਦ ਹੈਗੀ ਆ, ਉਹ ਤੇ ਫਿਰ ਚੱਡੇ ਪਾੜਨਗੇ ਇਹਦੇ ਤੇ, ਇਹਦਾ ਉਹ ਗੁਪਤ ਅੰਗ ਜਿਹੜਾ ਨਾ ਵੱਢ ਕੇ ਸੁੱਟ ਦੇਣਗੇ ਵੀ ਬੇਗੈਰਤਾ, ਕੋਈ ਸ਼ਰਮ ਨੂੰ ਹੱਥ ਮਾਰ, ਛੋਟੇ ਛੋਟੇ ਬੱਚੇ ਆ, ਤੂੰ ਕੀ ਕਰਨ ਡਿਆ ਬਗੈਰਤਾ, ਤੇਰੇ ਬਾਰੇ ਬੰਦੇ ਨੂੰ ਤੇ ਡੁੱਬ ਕੇ ਮਰ ਜਾਣਾ ਚਾਹੀਦਾ। ਜੇ ਇਹ ਅੱਜ ਨਾ ਕਾਰਵਾਈ ਇਹਦੇ ਤੇ ਹੁੰਦੀ ਤੇ ਸਾਡੀ ਕੱਲ ਦੀ ਤਿਆਰੀ ਸੀ ਬਾਬਾ ਰਾਜਾ ਰਾਜ ਸਿੰਘ ਹੋਣਾ ਨੂੰ, ਬਾਬਾ ਕੁਲਿੰਦਰ ਸਿੰਘ ਹੋਣਾ ਨੂੰ, ਹੋਰ ਸਿੰਘ ਸਾਡੇ ਜਿੰਨੇ ਵੀ ਆ ਸਾਰਿਆਂ ਨੂੰ ਆਪਾਂ ਰਾਬਤਾ ਕਰਤਾ, ਬੁੱਢੇ ਦਲ ਦੀਆਂ ਫੌਜਾਂ ਨੂੰ ਜਿੰਨੇ ਵੀ ਸਿੰਘ ਆ ਸਾਰਿਆਂ ਦਾ ਧੰਨਵਾਦ, ਜਿਨ੍ਹਾਂ ਨੂੰ ਮੈਂ ਬੇਨਤਾ ਕੀਤਾ ਉਹਨਾਂ ਨੇ ਬੇਨਤਾ ਪ੍ਰਵਾਨ ਵੀ ਕੀਤਾ ਤੇ ਚੜ੍ਹਦੀ ਕਲਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਵਾਲੇ ਮੇਰੇ ਭਰਾ ਜਿਹੜੇ ਆ, ਮੇਰੇ ਬਜ਼ੁਰਗ ਜਿਹੜੇ ਆ, ਮੈਂ ਸਾਰਿਆਂ ਦਾ ਦਿਲੋਂ ਸਤਿਕਾਰ ਕਰਦਾ। ਇਹੋ ਜਿਹੇ ਬੇਗੈਰਤਾਂ ਨੂੰ ਖੁੱਡੋਂ ਕੱਢਣਾ ਪੈਣਾ ਸਾਨੂੰ, ਉਹ ਕੱਢਣ ਵਾਸਤੇ ਤੁਹਾਡਾ ਸਹਿਯੋਗ ਚਾਹੀਦਾ ਸਾਨੂੰ। ਸਾਨੂੰ ਪੈਸੇ ਨਹੀਂ ਚਾਹੀਦੇ ਵੀ ਜਾਂ ਸਾਨੂੰ ਗੱਡੀਆਂ ਲੈ ਦਿਓ, ਕੋਈ ਨਹੀਂ ਲੈ ਲਾਂ ਗੱਡੀਆਂ, ਸਾਡੇ ਕੋਲ ਬਥੇਰੀਆਂ, ਇੰਨੀ ਕੁ ਤਾਕਤ ਹੈਗੀ ਆ, ਲੈ ਲਾਂ ਕੋਈ ਗੱਲ ਨਹੀਂ, ਪਰ ਸਾਨੂੰ ਸਾਥ ਚਾਹੀਦਾ, ਸੱਚ ਨਾਲ ਖੜੋ। ਸੱਚ ਨਾਲ ਖੜੋਗੇ ਤੇ ਇਹੋ ਜਿਹੇ ਖੁੱਡਾਂ 'ਚ ਬੈਠੇ ਸੱਪ ਜਿਹੜੇ ਉਹ ਕੱਢ ਲਾਂਗੇ। ਜੇ ਨਾ ਕੱਢੇ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਧੀਆਂ ਵੀ ਨਹੀਂ ਸੇਫ, ਤੁਹਾਡੇ ਬੱਚੇ ਵੀ ਨਹੀਂ ਸੇਫ, ਤੁਸੀਂ ਖੁਦ ਨਹੀਂ ਸੇਫ ਹੋਣਾ। ਤੁਹਾਨੂੰ ਸ਼ਾਇਦ ਇਸ ਗੱਲ ਦਾ ਪਤਾ ਹੋਣਾ, ਯੂਪੀ ਦੇ ਵਿੱਚ ਮੈਨੂੰ ਖੁੱਬਰ ਪਰਿਵਾਰ ਦੇ ਜਿਹੜੇ ਆ ਧਰਮ ਤਬਦੀਲ ਕਰਕੇ ਸਿੱਖ ਧਰਮ ਤੋਂ ਈਸਾਈ ਧਰਮ ਵਿੱਚ ਚਲੇ ਗਏ ਆ। ਸਾਨੂੰ ਇੱਥੋਂ ਨਹੀਂ ਲੱਗਦਾ ਕਿ ਸਾਡੇ ਵਿੱਚ ਕਿੱਡੀ ਵੱਡੀ ਕਮੀ ਆ। ਅਸੀਂ ਆਪਣੇ ਭੈਣ ਭਰਾਵਾਂ ਦਾ ਸਾਥ ਨਹੀਂ ਦਿੰਦੇ, ਅਸੀਂ ਉਹਨਾਂ ਬੇਗੈਰਤਾਂ ਦੇ ਢਿੱਡ ਭਰਦੇ ਹਾਂ ਜਿਹੜੇ ਸਾਡੇ ਦਿਨ ਰਾਤ ਬੱਚਿਆਂ ਦੇ ਪਰਿਵਾਰਾਂ 'ਤੇ ਸ਼ੋਸ਼ਣ ਕਰਦੇ ਆ। ਠੀਕ ਆ, ਸੋ ਸਰਕਾਰ ਨੇ ਆਪਣਾ ਕੰਮ ਕਰਤਾ, ਚਲੋ ਧੰਨਵਾਦ ਕਰਦੇ ਉਹਦਾ, ਪੁਲਿਸ ਵਾਲਿਆਂ ਦਾ। ਇਸ ਬਾਬੇ ਦੀਆਂ ਫਿਰ ਲੱਤਾਂ ਕਦੇ ਹੋਣੀਆਂ, ਇਹਦੇ ਬਾਹਾਂ ਕਦੇ ਹੋਣੀਆਂ, ਇਹ ਗੋਡੇ ਕਦੇ ਹੋਣੇ ਇਹ, ਕਿਉਂਕਿ ਫਿਰ ਬਣਦੀ ਜੇ ਸਿੰਘਾਂ ਦੇ ਹੱਥ ਆ ਜਾਂਦਾ ਤੇ ਫਿਰ ਸਿੰਘ ਤੇ ਸਿੰਘ ਤੇ ਰਗੜ ਹੀ ਦਿੰਦੇ, ਫਿਰ ਘਾਟਾ ਵਾਧਾ ਤੇ ਵੇਖਿਆ ਨਹੀਂ ਜਾਣਾ ਸੀ, ਕਿਉਂਕਿ ਸਾਰਿਆਂ ਦੇ ਦਿਲ 'ਚ ਇੱਕੋ ਹੀ ਗੱਲ ਸੀ ਵੀ ਇਹਨੇ ਗੁਰੂ ਦੇ ਦਰਬਾਰ ਦੇ ਅੰਦਰ, ਗੁਰਦੁਆਰਾ ਸਾਹਿਬ ਦੇ ਅੰਦਰ ਇਹੋ ਜਿਹਾ ਕੁਰਕਰਮ ਕੀਤਾ ਜਿੱਥੇ ਕਿ ਲੋਕ ਦੁਖੀ ਜਾਂਦੇ ਆ, ਅਰਦਾਸ ਬੇਨਤੀ ਕਰਦੇ ਮਹਾਰਾਜ ਦੇ ਚਰਨਾਂ 'ਚ ਕਿ ਮਹਾਰਾਜ ਸਾਨੂੰ ਦੁੱਖਾਂ ਤੋਂ ਮੁਕਤੀ ਮਿਲੇ, ਤੇ ਇਹ ਲੋਕ ਕੱਢੇ ਬੇਗੈਰ ਤਾਂ ਮੈਂ ਕਹਿੰਦਾ ਸਿਰੇ ਦੇ ਕੰਜਰ ਲੋਕ ਆਏ। ਇਹਨਾਂ ਲੋਕਾਂ ਨੂੰ ਕੋਈ ਰੱਬ ਦਾ ਭੈ ਨਹੀਂ, ਕੋਈ ਡਰ ਨਹੀਂ, ਉਹ ਦੁਨੀਆਂ ਦੇ ਲੋਕੋ ਅਜੇ ਵੀ ਜਾਗਦੇ ਹੋ, ਚੰਗੀ ਗੱਲ ਜੇ। ਇਹਨਾਂ ਚਿੱਟ ਕੱਪੜੀਆਂ ਤੋਂ ਬਚੋ, ਤੇ ਤੁਸੀਂ ਜਿਹੜੇ ਨਿਹੰਗ ਸਿੰਘਾਂ ਤੋਂ ਨਫ਼ਰਤ ਕਰਦੇ ਸੀ ਨਾ, ਇਹੋ ਨਿਹੰਗ ਸਿੰਘਾਂ ਨੇ ਤੁਹਾਡੇ ਵਾਸਤੇ ਸਮੇਂ ਸਮੇਂ ਤੇ ਕਾਰਜ ਕੀਤੇ ਤੇ ਸਮੇਂ ਸਮੇਂ ਤੇ ਕਰਨੇ ਆ। ਇਹ ਚਿੱਟ ਕੱਪੜੀਆਂ ਨਾ ਉਦੋਂ ਖੜੇ ਤੇ ਨਾ ਹੁਣ ਖੜਨਾ ਹੈ, ਇਹ ਅੱਜ ਵੀ ਨਿਹੰਗ ਸਿੰਘ ਹੀ ਖੜੇ ਆ ਤੇ ਉਦੋਂ ਵੀ ਨਿਹੰਗ ਸਿੰਘਾਂ ਹੀ ਖੜਦੇ ਰਹੇ। ਸੋ ਸਾਰਿਆਂ ਨੂੰ ਇਹ ਕਹਿੰਦਾ ਵੀ ਇੱਕ ਹੋ ਜਾਓ, ਆਪਣੇ ਵਿਤਕਰੇ ਭੁਲਾ ਕੇ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਜਾਓ ਤੇ ਪੰਥ ਜਿਹੜਾ ਉਹ ਗੁਰਮਤਾ ਕਰੇ ਵੀ ਇਹੋ ਜਿਹੜੇ ਬੰਦੇ ਆ, ਇਹੋ ਜਿਹਿਆਂ ਨੂੰ ਸਜ਼ਾ ਸਰਕਾਰ ਨਹੀਂ, ਇਹੋ ਜਿਹੇ ਬੰਦਿਆਂ ਨੂੰ ਸਜ਼ਾ ਪੰਥ ਦਊਗਾ। ਤੇ ਤਾਂ ਹੀ ਫਿਰ ਕੁਰਕਰਮ ਕਰਨ ਵਾਲੇ ਜਿਹੜੇ ਸੱਪ ਬੈਠੇ ਬੁੱਕਲਾਂ ਦੇ ਇਹ ਸਾਹਮਣੇ ਆਉਣਗੇ, ਤਾਂ ਹੀ ਇਹਨਾਂ ਦਾ ਪਰਦਾ ਫਾਸ਼ ਹੋਊਗਾ। ਬਾਕੀ ਰਹੀ ਗੱਲ ਬਾਈ, ਹੁਣ ਜਿਹੜਾ ਵੀ ਬੰਦਾ ਇੱਦਾਂ ਦਾ ਕੁਰਕਰਮ ਕਰਦਾ ਟੱਕਰਦਾ, ਸਾਰੀ ਸੰਗਤ ਨੂੰ ਬੇਨਤੀ ਆ ਵੀ ਜਿਹੜੇ ਵੀ ਪਰਿਵਾਰ ਦੇ ਨਾਲ ਇੱਦਾਂ ਦਾ ਕੰਮ ਹੁੰਦਾ ਨਾ, ਬਸ ਉਹ ਗੁਪਤ ਗੁਪਤ ਹੀ ਸਾਨੂੰ ਫੋਨ ਕਰੇ ਤੇ ਕੋਈ ਵੀਡੀਓ ਨਾ ਦੇਵੇ, ਕਿਸੇ ਨੂੰ ਕੁਛ ਨਾ ਕਰੇ, ਸਾਨੂੰ ਗੁਪਤ ਹੀ ਨੰਬਰ ਦੇ ਦੇ ਤੇ ਗੁਪਤ ਹੀ ਸਾਨੂੰ ਆ ਕੇ ਮਿਲ ਲੇ ਤੇ ਗੁਪਤ ਹੀ ਬੰਦਾ ਕਰ ਦੇਵਾਂਗੇ, ਕਿੱਥੋਂ ਆਇਆ ਤੇ ਕਿੱਥੇ ਗਿਆ ਇਹ ਪਤਾ ਨਹੀਂ ਲੱਗਣ ਦਿੰਦੇ। ਬਸ ਗੱਲ ਇਹ ਆ ਵੀ ਤੁਹਾਡੇ ਸਾਥ ਦੀ ਲੋੜ ਆ, ਤੇ ਜਿਹੜੇ ਇਹੋ ਜਿਹੇ ਬੰਦੇ ਆ
ਇਹਨਾਂ ਨੂੰ ਖੁੱਡਾਂ ਚੋਂ ਕੱਢ ਕੱਢ ਕੇ ਸਜ਼ਾ ਬਣਦੀ ਅਸੀਂ ਜ਼ਰੂਰ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।